बेलियो घोड़ियां दे शौकी बई मंटे कोले आए हां, पिंड आनंदगढ़ जिला पै जांदा मानसा, ते अपने नाल बई मंटा ते इधर अपने जिन्ने भी पतवंत सज्जन सारे बैठे आ। मैं फिर लगी अज मंटे दे करे, बहुत बहुत स्वागत है बई मंटे अपने जी। तुहाडा वी साडे घर आउण ते बहुत बहुत स्वागत टीवी वालेयां दा। हाँ जी बई, ते वधिया बई तुसीं दसो, ठंड ठारी तो बचे हो जानवर ओके रिपोर्ट? ओके जी ओके, वधिया बचे जी, मेले दीआं तैयारियां। ते गल करिए बई अपने वाइट गोल्ड दी, है भी वाइट गोल्ड ही है ना, चकमी चीज है। ते किन्नी उम्र किन्नी होगी बई इहदी? लगभग 7 साल उम्र होगी इहदी। 7 साल उम्र होगी, पूरा घोड़ा बन चुका है, तैयार हो चुका है ना। हां जी। ते ब्लड लाइन वगैरह केड़े पासे आ गई बई? मंटा साली वाले रतन दा बच्चा जी। अच्छा बई, हां जी। ते मां वाला पासा कोई कंफर्म है? मां वाला पासा जी, जिन्ना सुन च आया भी जेड़ा सुखीर बादल दा घोड़ा है ओदी ते इहदी मां इक है जी। ठीक है, दोनों दी मां भाई एक मिनट का पे ओड ओड जेड़ा दसण दी गल है बंदे दी। तां भाई रिजल्ट वगैरह काफी आ गए होने? रिजल्ट बहुत आ गए जी। अपने लवे इत्थे मलकों खड़ियां दो शेरियां जी, बोहा जा 3-4 रिजल्ट जी। लद्दू बास है, चंबी कोड़ी मार बछेरा गाड़ा जी, वधिया सान बनन वाला जी। होर काफी आ गए रिजल्ट तां जी। ਠੀਕ ਆ ਬਾਈ, ਬਾਕੀ ਉਹ ਜਿਹੜੇ ਦੀਆਂ ਫੋਟੋਆਂ ਕਰਕੇ ਆਉਂਦੀਆਂ ਉਹ ਆਪਣੇ ਇਸੇ ਦੀ ਆ? ਇਸੇ ਦੀਆਂ ਦੋ ਉਹ ਬੰਦਾ ਵਾਲੇ ਢਿੱਲੇ ਕਰ ਰੱਖੇ ਸੀ ਜਾਨਵਰ ਹਨਾ ਬਾਈ, ਲਵੇੜ ਵਾਲੇ ਰੱਖੇ ਸੀ, ਸਫਾਈ ਘੱਟ ਕਰਦੇ ਜੀ ਥੋੜਾ, ਨਾ ਨਮੂਨ ਨਮੂਨ ਨਹੀਂ ਪਸ਼ੂਆਂ ਨੂੰ। ਤੇ ਉਹ ਘੋੜੀ ਵੀ ਬਹੁਤ ਸੂਆ, ਤੇ ਅੱਜ ਤਾਈਂ ਉਹਨੇ ਕਦੇ ਸ਼ੇਰਾਂ ਨੇ ਸ਼ੇਰੀਆਂ ਨਹੀਂ ਦਿੱਤੀਆਂ ਸੀ। ਹਾਂਜੀ ਬਾਈ, ਆਪਣੇ ਲਗਭਗ ਸਾਰੇ ਏਰੀਏ ਦੇ ਘੋੜਿਆਂ ਦੀ ਗੱਬਣ ਰਹੀ ਹੋਈ ਆ। ਯਾਨੀ ਕਿ ਘੋੜੀ ਲਗਭਗ ਗੱਬਣੇ ਰਹਿੰਦੀ ਆ? ਗੱਬਣ ਵੀ ਰਹਿੰਦੀ ਆ, ਤੇ ਪਰ ਉਹ ਬਸ਼ੇਰੀ ਦਿੰਦੀ ਸੀ। ਲਗਭਗ ਜਿੰਨੇ ਅੱਜ ਤਾਈਂ ਉਹਨਾਂ 13-14 ਬਸ਼ੇਰੀ ਦਿੱਤੇ ਇਦੂ ਪਹਿਲਾਂ। ਇਦੂ ਪਹਿਲਾਂ ਬਸ਼ੇਰੀ ਦੇਈ ਆ ਬਸ਼ੇਰੇ ਜੀ, ਤੇ ਹੁਣ ਉਹਨੇ ਦੋਨੇ ਬਸ਼ੇਰੀਆਂ ਆਪਣੇ ਘੋੜੇ ਤੇ ਦਿੱਤੀਆਂ ਜੀ। ਤੀਜੀ ਵਾਰ ਗੱਬਣ ਆਪਣੇ ਘੋੜੇ ਤੇ। ਠੀਕ ਆ ਬਾਈ, ਹੁਣ ਤੀਜੀ ਵਾਰੀ ਇਹਦੇ ਤੋਂ ਆਪਣੇ ਵਾਈਟ ਗੋਲਡ ਤੇ ਗੱਬਣਾ, ਤੇ ਇਦੂ ਪਹਿਲਾਂ ਦੋ ਬਸ਼ੇਰੀਆਂ ਇਸੇ ਘੋੜੇ ਤੋਂ ਇਸੇ ਘੋੜੇ ਤੋਂ ਦਿੱਤੀਆਂ ਜੀ। ਤੇ ਇਹਦੀ ਵਾਈਟ ਗੋਲਡ ਦੀ ਹਾਈਟ ਕਿੰਨੀ ਹੋਗੀ ਬਾਈ? ਇਹ 64 ਆ ਜੀ, ਪੂਰੀ 64 ਪਲੱਸ ਹੈ ਜੀ। 64 ਪਲੱਸ ਹਾਈਟ ਹੋਗੀ ਜਮਾਂ ਜੀ, ਫਿੱਤੇ ਵਾਲੀ 64 ਪਲੱਸ ਜਮਾਂ, ਮਤਲਬ ਵਾਟਰ ਸਕੇਲ ਨਾਲ ਆਪਾਂ ਮਿਣ ਗਏ ਜੀ। ਕੋਈ ਵਾਰ ਜੀ ਬੰਦਾ ਮਿਣ ਸਕਦਾ ਆਪਾਂ ਨੂੰ ਕੋਈ ਉਹ ਨਹੀਂ ਦਾ। ਬਾਕੀ ਬਈ ਗਰਦਨ ਗੁਰਦਨ ਬੜੀ ਮਜ਼ਬੂਤ ਆ ਜਦੋਂ ਉਹ ਤੇ ਦੇਖੋ ਸਾਹਮਣੇ ਗਰਦਨ ਸੁੰਬ ਖੁਰੀ, ਕਿੰਨੇ ਨੰਬਰ ਲੱਗ ਜਾਂਦੇ ਖੁਰੀ ਤੋਂ ਅੰਦਾਜ਼ਾ ਹੋ ਜਾਂਦਾ ਸੁੰਬ ਦਾ? ਆਪਾਂ ਯਾਰ ਕਦੇ ਪੁੱਛਿਆ ਨਹੀਂ ਬਈ ਇਹ ਗੱਲ ਜੀ। ਅੱਛਾ, ਜਿਹੜਾ ਉਹਦਾ ਲਾ ਜਾਂਦਾ ਬਈ ਨਾ, ਲਾ ਤਾਂ ਜਾਂਦਾ ਕਦੇ, ਉਹਦਾ ਨੰਬਰ ਨਹੀਂ ਪੁੱਛਿਆ ਜੀ ਮੈਨੂੰ। ਸਹੀ ਗੱਲ ਆ ਬਾਈ, ਬਾਕੀ ਸੁਨੱਖਾਪਣ ਬਾਈ ਹੈਗਾ, ਸਪੋਟ ਵਗੈਰਾ ਮਾੜੇ ਮੋਟੇ? ਮਾੜੇ ਮੋਟੇ ਹੈਗੇ ਜੀ, ਹੁਣ ਉਮਰ ਦੇ ਹਿਸਾਬ ਨਾਲ ਹੁਣ ਆਏ, ਜਦੋਂ ਆਪਾਂ ਲਿਆ ਸੀ ਉਦੋਂ ਬਿਲਕੁਲ ਹੀ ਉਹ ਸੀ, ਹੁਣ ਮਾੜੇ ਮੋਟੇ ਕੰਨਾਂ 'ਚ ਆ ਗਏ ਇੱਕ ਦੋ ਸਪੋਟ ਜੀ। ਅੱਛਾ ਬਾਈ, ਤੇ ਟੋਟਲ ਗਿਣਤੀ ਕਿੰਨੀ ਕੁ ਹੋਊਗੀ ਹੁਕੂੜੀਆਂ ਦੀ ਮੰਟੇ? ਇਹ ਤਾਂ ਮਿੰਟ ਦੀ, ਹਾਂਜੀ ਹਾਂ, ਜਦੋਂ ਆਪਾਂ ਲਿਆ ਜਦੋਂ ਪਹਿਲੇ ਸਾਲ ਆਪਾਂ 122 ਘੋੜੀਆਂ ਭਰਾਈਆਂ ਸੀ ਇੱਥੋਂ ਜੀ। ਅੱਛਾ ਬਾਈ, ਅਤੇ ਇਸ ਤੋਂ ਬਾਅਦ ਹੁਣ ਘੱਟ ਭਰਾਈਆਂ ਜੀ, ਹੁਣ ਤਾਂ ਘੋੜੀਆਂ ਇਹ ਸਾਲ ਸਾਰੀਆਂ 20 ਘੋੜੀਆਂ ਭਰਾਈਆਂ ਜੀ। ਅੱਛਾ ਬਾਈ, ਆਹ ਸਾਲ 'ਚ 20 ਕੀ ਭਰਾਈਆਂ? ਹਾਂ ਜੀ, ਹੁਣ ਘੋੜੇ ਬਾਹਲੇ ਹੋ ਗਏ ਜੀ, ਹੁਣ ਏਰੀਏ 'ਚ ਵੀ ਆਪਣੇ ਲਗਭਗ। ਅੱਛਾ ਬਾਈ, ਮਾਨਸਾ 'ਚ ਹੋ ਗਏ 25-26 ਘੋੜੇ। ਬਹੁਤ ਆ ਗਏ ਘੋੜੇ ਬਾਈ, ਹੈ ਨਾ, ਸ਼ੌਂਕ ਬਹੁਤ ਇਹ ਸਪੀਡ ਨਾਲ ਬਹੁਤ ਪ੍ਰਫੁੱਲਤ ਹੋ ਜਾਂਦਾ ਘੋੜਿਆਂ ਦਾ ਸ਼ੌਂਕ ਜਿਹੜਾ ਨਵੇਂ ਬੰਦੇ ਬਹੁਤ ਲਈ ਜਾਂਦੇ, ਪਿਛਲੇ ਸਾਲ ਬਹੁਤ ਬੰਦਿਆਂ ਨੇ ਘੋੜੀਆਂ ਲਈਆਂ ਜੀ। ਹਾਂ ਹਾਂ ਬਾਈ, ਤੇ ਤੁਸੀਂ ਮੰਨ ਕੇ ਚੱਲੋ ਬਈ ਇਹ ਬੱਚੀ ਲਿਆ ਸੀ ਕਿ ਬੱਚੋ ਜਦੋਂ? ਨਾ ਪਾਏ ਤਾਂ 2 ਸਾਲ ਪਹਿਲਾਂ ਲਿਆ ਸੀ 20 ਚ ਜੀ। ਅੱਛਾ ਬਾਈ, 20 ਚ ਲਿਆ ਸੀ? ਹਾਂ, ਦਸੰਬਰ ਮਹੀਨੇ ਚ 20 ਚ ਲਿਆ ਸੀ। ਬਾਕੀ ਹੁਣ ਇਹ ਘੋੜੇ ਚ ਬਈ ਆਏ ਆਉਣ ਲੱਗ ਗਏ ਨਾ, ਇੱਕ ਬੱਚੇ ਚ ਬਚਪਨਾ ਹੁੰਦਾ। ਹਾਂਜੀ, ਇਹ ਜਿਹੜੀ ਇਹਦੀ ਚਾਲ ਢਾਲ ਆ ਉਹ ਹੁਣ ਘੋੜਿਆਂ ਵਾਲੀ ਹੋ ਗਈ, ਪ੍ਰੋਪਰ ਘੋੜਿਆਂ ਵਾਲੀ ਬਣ ਗਈ, ਪ੍ਰੋਪਰ ਘੋੜਾ ਬਣ ਗਿਆ। ਬਾਕੀ ਖੜਨ ਖੁੜਨ ਦਾ ਸਟਾਈਲ ਵਧੀਆ ਸੀ, ਬਹੁਤ ਵਧੀਆ। ਤੇ ਮੰਟੇ ਬਈ ਜਿਵੇਂ ਹੁਣ ਸਰਵਿਸ ਵਗੈਰਾ ਲੈਣ ਆਉਂਦੇ ਆ ਭਰਾ, ਤੇ ਕੀ ਪ੍ਰਾਈਸ ਰੱਖਿਆ ਉਹਦਾ ਸਰਵਿਸ ਫੀਸ? ਕੀ ਆਪਣਾ 11,000 ਹੈ ਜੀ। ਅੱਛਾ ਬਾਈ, ਕੋਈ ਫਿਕਸ ਵੀ ਨਹੀਂ ਗਿਆ ਰਹੀ ਹੈ, ਕੋਈ ਗੱਲ ਨਹੀਂ, ਕੋਈ ਗਰੀਬ ਗੁਰਬਾ ਬੰਦੇ ਦੀ ਇੱਛਾ ਹੁੰਦੀ ਹੈ, ਨਹੀਂ ਪੈਸੇ ਹੁੰਦੇ ਇੰਨੇ, ਆਪਾਂ ਨੂੰ ਤਾਂ ਕੋਈ ਉਹ ਨਹੀਂ ਹੈਗਾ ਜੀ। ਗਰੀਬ ਗੁਰਬੇ ਵਾਸਤੇ ਲਕੀਰ ਨਹੀਂ ਖਿੱਚੀ ਹੋਈ ਵੀ ਆਪਾਂ ਕਹਿ ਨਹੀਂ ਲੈਂਦੇ ਕਿਸੇ ਬੰਦੇ ਵਾਸਤੇ, ਜਿਹੜਾ ਵਿਚਾਰਾ ਆਉਂਦਾ ਕੋਈ ਕਰਦਾ ਮਿਹਨਤ ਲਾ, ਉਹਨੂੰ ਆਪਾਂ ਨੂੰ ਕੋਈ ਦਿੱਕਤ ਨਹੀਂ। ਵੈਸੇ ਬਾਈ ਜੇ ਦੇਖੀਏ ਮੰਟੇ ਬਾਈ, ਇਹਦਾ ਫਿਰ ਆਪਾਂ ਇਹਦਾ ਇਹਦੀ ਖੁਰਾਕ ਦੀ ਲੈ ਰਹੇ ਹਾਂ, ਇੰਨਾ ਕੁ ਤਾਂ ਜਾਇਜ਼ ਆ। ਖੁਰਾਕ ਤਾਂ ਜੀ ਖਾਂਦੀ ਹੈ ਜੀ, ਦੇਖੋ ਨਾ ਬਸ਼ੇਰੀ ਖੜੀ ਚੰਬੀ 32 ਮਹੀਨਿਆਂ ਦੀ ਹੋ ਗਈ, ਨਿਕੰਦ ਹੈ ਜੀ ਜਿਹੜੇ 30-32 ਮਹੀਨਿਆਂ ਦੀ, 63 ਲਗਭਗ ਕੱਦ ਕਰੀ ਖੜੀ ਹੈ ਜੀ। ਮੇਰੇ ਹਿਸਾਬ ਨਾਲ ਬਾਈ ਮੰਟੇ ਉਹ ਬੱਚੀ ਮੈਂ ਦੇਖੀ ਹੋਊਗੀ, ਬੋਹੇ ਅਸੀਂ ਕਿਰਾ ਗਏ ਸੀ ਉਦੋਂ ਰਾਈਡ ਜੀ ਕੀਤੀ ਸੀ ਬੋਹੇ। ਅੱਛਾ ਜੀ, ਨਹੀਂ ਉਹ ਆਪਾਂ ਕੱਦ ਰਪੱਤੀ ਕਿੰਨੀ ਹੈ ਜੀ ਦੇਖੀ ਉਹ ਤਾਂ ਕਹਿ ਸਕਦੇ, ਮੈਂ ਵੀ ਮੈਨੂੰ ਵੀ ਹਲੇ ਪਰਸੋਂ ਹੀ ਪਤਾ ਲੱਗਿਆ। ਅੱਛਾ ਬਾਈ, ਉਹ ਪਹਿਲਾਂ ਮੁੰਡਾ ਹੁਸਨ ਕੋਲ ਸੀ ਘੋੜਾ, ਉਹ ਤਾਂ ਪ੍ਰੈਗਨੈਂਟ ਸੀ ਘੋੜੀ, ਉਹ ਆਪਣੇ ਕੋਲ ਨਹੀਂ ਹੋਈ। ਅੱਛਾ ਬਾਈ,
ਤੇ ਇਹ ਜੇ ਆਪਾਂ ਗੱਲ ਕਰੀਏ ਮੰਟੇ ਬਈ ਘੋੜੇ ਦੀ ਤਾਂ ਹੋਈਗੀ ਲਗਭਗ, ਤੇ ਇਹਦਾ ਕੋਈ ਵਿਚਾਰ ਵਿਚੂਰ ਨਹੀਂ ਸੇਲ ਦਾ ਬਣ ਸਕਦਾ ਕਿ ਨਹੀਂ? ਸੇਲ ਤਾਂ ਐਂ ਜੀ ਕੋਈ ਤੇ ਕੋਈ ਚੰਗਾ ਬੰਦਾ ਆਇਆ ਚੰਗੇ ਪੈਸੇ ਫਿਰ ਤਾਂ ਆਪਾਂ ਕਰ ਵੀ ਦੇਵਾਂ, ਨਹੀਂ ਆਪਾਂ ਨੂੰ ਕੋਈ ਵਿਚਾਰ ਨਹੀਂ ਵੀ ਵੇਚਣੀ ਆ ਬਈ, ਇਸ ਵਾਰੀ ਸਪੂਰੀ ਕਰ ਲੈਣਾ ਫਿਰ ਮੰਟੇ ਕਰ ਲੈਣੇ ਜੀ, ਕਦੇ ਕਦਾ ਹੀ ਕਰ ਲੈਣੇ। ਤੇ ਆਹ ਮੰਨ ਕੇ ਚੱਲ ਬਈ ਹੁਣ ਇਧਰੋਂ ਫਾਰਮ ਉਧਰ ਸ਼ਿਫਟ ਕਰਨਾ ਕਰੇ ਵੀ ਪਰ ਇਧਰ ਪਾਉਣਾ ਜੀ ਆਹ ਸਾਈਡ ਤੇ ਨਾ। ਅੱਛਾ, ਇਹ ਸਾਈਡ ਤੇ ਆ ਮਕਾਨ ਢਾ ਕੇ ਉਹ ਕੰਧ ਤੇ ਪਾ ਦੇਣਾ ਜੀ, ਹੋਰ 4-5 ਕਮਰੇ ਪੈ ਜਾਣਗੇ। ਅੱਛਾ ਬਈ, ਤੇ ਜਿਹੜਾ ਘਰੇ ਆਪਾਂ ਥੋੜਾ ਜਿਹਾ ਤਿਆਰ ਕਰ ਰੱਖਿਆ ਗੇਟ ਗੂਟ ਲਾ ਕੇ ਘਰੇ ਵੀ ਪੂਰਾ ਤਕੜਾ ਬਣਾ ਕੇ ਵਧੀਆ ਬਣਾਇਆ ਜੀ ਉਧਰ ਮਕਾਨ, ਉਹ ਗੇਟ ਵਧੀਆ ਪੁਰਾਣੇ ਰਿਵਾਜ ਬਜ਼ੁਰਗਾਂ ਦਾ ਜਿਵੇਂ ਹੁੰਦਾ ਸੀ ਉਵੇਂ ਬਣਾਤਾ ਜੀ। ਹਾਂਜੀ ਬਈ, ਗੇਟ ਤੇ ਕਿੰਨਾ ਬਹਿਲਾ ਦਾ ਮਟ ਕੱਢੀ ਗੇਟ ਤੇ ਲਗਭਗ ਲੱਗ ਗਿਆ 1,00,000 ਰੁਪਇਆ ਜੀ। ਸ਼ੌਕ ਦੀ ਤਾਂ ਪਿੱਛੋਂ ਇਹ ਦਾਦੇ ਪੜਦਾਦਿਆਂ ਦੀ ਚੱਲਦਾ ਰਿਹਾ ਕਿ ਤੇਰੇ ਹੀ ਉੱਠਿਆ? ਨਾ ਜੀ ਨਾ, ਮੇਰੇ ਦਾਦਾ ਜੀ ਪਟਵਾਰੀ ਸੀ ਜੀ, ਉਹਨਾਂ ਕੋਲ ਘੋੜੀ ਸੀ ਉਹ ਟਾਈਮ ਚ ਵੀ ਏਰੀਏ ਚ ਬਾਹਰ ਅੰਦਰ ਜਾਣ ਪਿੱਛੇ ਪਿੰਡਾਂ ਚ ਝੰਡੂ ਕੇ ਉਦੋਂ ਹੁੰਦੇ ਸੀ, ਉਹ ਉੱਥੇ ਘੋੜੀ ਹੁੰਦੀ ਸੀ, ਉੱਥੇ ਝੰਡੂ ਕੇ ਵਾਲੇ ਦਾਦੇ ਆ ਜਿਹੜੇ ਮੰਨ ਲਓ ਸਾਰੇ, ਉਹ ਆਪਣੇ ਬਾਪੂ ਜੀ ਕੋਲ ਚਲੋ ਵੀ ਘੋੜੀ ਸਾਂਭਦੇ ਹੁੰਦੇ ਸੀ, ਤੇ ਉਹਨਾਂ ਨੂੰ ਬਛੇਰਾ ਵੀ ਦਿੱਤਾ ਸੀ ਸ਼ੁਰੂ ਚ ਸਾਡਾ ਜੀ, ਉੱਥੇ ਉਹ ਰੱਖਣ ਲੱਗੇ ਨੇ ਸਾਰੇ ਦਾਦੇ ਪੁਰਾਣਾ ਖੂਨੀ ਸ਼ੌਂਕ। ਹਾਂ ਖੂਨੀ ਹੈ, ਇਦੂ ਬਾਪ ਡੈਡੀ ਦੀ ਇੱਛਾ ਸੀ, ਇਦੂ ਕੋਲ ਹਾਲਾਤ ਟਾਵੇਂ ਟਾਵੇਂ ਹਿਸਾਬ ਨਾਲ ਜੀ ਹੋ ਜਾਂਦਾ ਕਈ ਵਾਰੀ। ਫਿਰ ਉਹ ਪਿੱਛੇ ਜੇ ਅਸੀਂ 20 ਸਾਲ ਪਹਿਲਾਂ ਡੈਡੀ ਕਹਿੰਦਾ ਬਛੇਰੀਆਂ ਲਿਆਉਣੀਆਂ, ਦੋਨੇ ਵਗ ਗਏ, ਫਿਰ ਅਸੀਂ 2 ਬਛੇਰੀਆਂ ਲਿਆਏ ਸ਼ੁਰੂ ਚ ਜੀ। ਪਰ ਇਦੂ ਬਾਅਦ ਦਾਤੇ ਦੀ ਵਧੀਆ ਕਿਰਪਾ ਜੀ, ਕਿਉਂਕਿ ਬਈ ਜੇ ਸ਼ੌਂਕ ਦੇ ਨਾਲ ਆਪਾਂ ਧੰਦਾ ਤਾਂ ਚਲ ਘਰੇ ਵੀ ਚਾਰ ਪੀਆਂ ਦਾ ਸਾਰਾ ਖੁਸ਼ ਨੇ ਜੀ, ਸਾਰੇ ਟੱਬਰ ਦਾ ਵਧੀਆ ਸਹਿਯੋਗ ਆ, ਬੁੜੀਆਂ ਬੜੀਆਂ ਦਾ ਸਾਡਾ। ਬਾਕੀ ਮੰਟੇ ਬਈ ਜਿਹੜੇ ਹਿਸਾਬ ਨਾਲ ਤੁਸੀਂ ਬੰਦੇ ਹੋ, ਇੱਕ ਜਿਹੜਾ ਸੱਚਾ ਸੁੱਚਾ ਵਪਾਰ, ਇੱਕ ਤਾਂ ਹੁੰਦੀ ਆ ਲੁੱਚਪਣੀ ਵਾਲੀ ਗੱਲ, ਹਨਾ, ਜਿਹੜਾ ਸੱਚਾ ਸੁੱਚਾ ਕਰਨਾ ਉਹ ਤਾਂ ਜਾਇਜ਼ ਗੱਲ ਆ, ਕੋਈ ਮਾੜਾ ਨਹੀਂ ਕਿਸੇ ਪਾਸੇ। ਬਹੁਤ ਬੰਦੇ ਨੂੰ ਆਪਾਂ ਰੋਕਿਆ ਜੀ ਹਲੇ ਤਾਈਂ ਵੀ ਬਚੋ ਭਾਈ, ਪਰ ਬੰਦੇ ਨੂੰ ਉਦੋਂ ਲਾਲਚ ਹੋ ਜਾਂਦਾ ਪਤਾ ਨੀ ਮੈਂ ਕੀ ਬਣੂ, ਫਿਰ ਬੰਦਾ ਸੱਟ ਖਾ ਕੇ ਸੁਧਰਦਾ ਜੀ। ਸਹੀ ਗੱਲ ਆ ਬਾਈ, ਜਿਹੜੀ ਗੱਲ ਆ, ਬਹੁਤ ਬੰਦੇ ਨੂੰ ਮੈਂ ਵੀ ਆਏ ਯਾਰ ਇੰਨੇ ਦੇ ਘੋੜੇ ਵਿਕਦੇ ਆ ਅਸੀਂ ਲੈਂਦੇ ਹਾਂ, ਬਹੁਤ ਬੰਦੇ ਨੇ ਆਖਿਆ ਵੀ ਨਹੀਂ ਵਿਕਦੇ ਆਏ ਭਾਈ ਇਹ, ਪਰ ਬੰਦੇ ਮੱਲੋ ਮੱਲੀ ਲਾਲਚ ਚ ਆ ਜਾਂਦੇ ਜੀ, ਜਿਵੇਂ ਪਿੱਛੇ ਜੇ ਇੱਕ ਨੇ ਰੰਗ ਕਰਕੇ ਵੇਚਦਾ ਸੀ ਸੱਜਰੇ ਨੇ, ਹਨਾ, ਬਹੁਤ ਜੀ। ਤੇ ਸਾਰੇ ਭੰਤੇ ਲੋਕ ਇੱਥੇ ਜੀ, ਸ਼ਰੀਫ ਵੀ ਬੜੇ। ਸਹੀ ਗੱਲ ਆ ਬਾਈ, ਤੇ ਦੂਜੀ ਗੱਲ ਬਾਈ, ਜਿਵੇਂ ਹੁਣ ਤੂੰ ਜਿਆਦਾ ਤੈਨੂੰ ਲੋਕ ਬੁਲਾਉਂਦੇ ਆ ਬਾਈ ਮੰਟਾ ਨੰਬਰਦਾਰ ਕਹਿ ਕੇ, ਹਾਂਜੀ ਹਾਂਜੀ, ਤੇ ਫਿਰ ਨੰਬਰਦਾਰੀ ਵੀ ਚੱਲਦੀ ਆ ਪਿੰਡ 'ਚ? ਨੰਬਰਦਾਰੀ ਚੱਲਦੀ ਆ ਜੀ, ਦਾਦੇ ਤੋਂ ਲੈ ਕੇ ਹੈਗੀ ਪੁਰਾਣੀ। ਅੱਛਾ ਬਾਈ, ਦਾਦੇ ਪੜਦਾਦਿਆਂ ਦੀ ਚੱਲੀ ਜਾਂਦੀ। ਤੇ ਮੰਟੇ ਬਾਈ ਕੋਈ ਹੋਰ ਗੱਲਬਾਤ ਜਿਹੜੀ ਕੋਈ ਆਪਣੇ ਸੱਜਣਾਂ ਨਾਲ ਬੇਲੀਆਂ ਨਾਲ ਸਾਂਝੀ ਕਰਨੀ ਆ? ਗੱਲਬਾਤ ਹੈ ਵਧੀਆ ਸਾਂਭੋ ਜੀ ਇਹਨਾਂ ਦੀ, ਚੰਗੀ ਕੇਅਰ ਕਰੋ, 2 ਰੁਪਏ ਜਾਨਵਰ ਵੀ ਸੋਹਣ ਲੱਗਦਾ, 2 ਰੁਪਏ ਪੈਸੇ ਵੀ ਵੱਟੇ ਜਾਂਦੇ ਵੱਧ ਜੀ, ਆਈ ਸਲਾਹ ਜੀ, ਠੱਗੀ ਠੋਰੀ ਤੋਂ ਬਚੋ ਵੀ, ਜੇ ਬਾਈ ਠੱਗੀ ਠੋਰੀ ਤੋਂ ਆਪਾਂ ਬਚ ਕੇ ਕੰਮ ਕਰਦੇ ਆ ਤਾਂ ਇਹ ਨਾ ਹੋ ਜੀ, ਬਸ ਵੀ ਜਦੋਂ ਬੰਦਾ ਕਈ ਵਾਰੀ ਆ ਕੇ ਤੁਹਾਨੂੰ ਕਹਿ ਦਿੰਦਾ ਨਾ, ਤੁਹਾਨੂੰ ਆਪ ਨੂੰ ਵੀ ਪਤਾ ਹੁੰਦਾ ਵੀ ਮੇਰੀ 50,000 ਦੀ ਘੋੜੀ ਹੈ, ਬੰਦਾ ਆ ਕੇ 3-4 ਲੱਖ ਕਹਿ ਜਾਂਦਾ ਤੁਸੀਂ ਕਾਮਲੇ ਹੋ ਜਾਂਦੇ ਹੋ, ਉਹ ਚੀਜ਼ਾਂ ਤੋਂ ਬਚਿਆ ਕਰੋ, ਫਿਰ ਅਗਲੇ ਨੂੰ ਕਹੀ ਜਾਂਦੇ ਹੋ ਵੀ ਠੱਗੀ ਮਾਰ ਕੇ ਅਗਲੇ ਨੂੰ ਦਾ ਜਿਹੜਾ ਕੰਮ ਮੈਂ ਕਰਨਾ। ਹੁਣ ਹਾਂਜੀ ਹਾਂ, ਉਹ ਧੰਨੇ ਨੇ ਕਹੀ ਦਿੱਤੀ ਯਾਦ ਕਰਾਤੀ ਬਾਈ ਨੇ ਗੱਲ, ਇਹ ਸਵਾਲ ਮੈਂ ਪੁੱਛਣ ਵੀ ਲੱਗਿਆ ਜੀ, ਮੇਰੇ ਧਿਆਨ 'ਚ ਹੀ ਆਈ ਜਾਂਦਾ ਸੀ ਵੀ ਮੰਟੇ ਬਾਈ ਜਿਵੇਂ ਹੁਣ ਘੋੜੀਆਂ ਵਾਲਿਆਂ ਨੂੰ ਉਹ ਮੈਨੂੰ ਸਾਨੂੰ ਆਉਂਦੇ ਨੇ ਵੀ ਬਾਈ ਗੱਲ ਸੁਣਾਈ ਜਾਂਦਾ, ਕਹਿੰਦਾ ਵੀ ਕੋਈ ਮਾਤਾ ਨੇ ਕਹਿੰਦਾ ਕਿਸੇ ਨੇ ਰੋਟੀ ਕਰਨੀ ਸੀ ਘਰੇ, ਤੇ ਕਹਿੰਦੀ ਉਹ ਪਹਿਲਾਂ ਪੁਲਿਸ ਵਾਲਿਆਂ ਕੋਲ ਜਾਂਦੀ ਵੀ ਪੁਲਿਸ ਵਾਲੇ ਜਿਹੜੇ ਲੱਚੇ ਲਫੰਗੇ ਜਿਹੇ ਹੁੰਦੇ ਆ ਥੋੜ੍ਹੇ ਜਿਹੇ, ਤੇ ਵੀ ਪੁਲਿਸ ਵਾਲਿਆਂ ਨੂੰ ਪੁੱਛਾ ਜਾ ਕੇ, ਉਹ ਪੁਲਿਸ ਵਾਲਿਆਂ ਕੋਲ ਜਾਂਦੀ ਆ ਤੇ ਪੁਲਿਸ ਵਾਲੇ ਕਹਿੰਦੇ ਵੀ ਨਾ ਤੂੰ ਗਲਤ ਆ ਗਈ ਮਾਤਾ, ਤੂੰ ਬਿਜਲੀ ਵਾਲਿਆਂ ਕੋਲੇ ਜਾ। ਉਹ ਭਾਈ ਵਿਚਾਰੀ ਰੁੜਦੀ ਰੁੜਦੀ ਹੌਲੀ ਹੌਲੀ ਬਿਜਲੀ ਵਾਲਿਆਂ ਕੋਲੇ ਵਗ ਜਾਂਦੀ ਆ, ਤੇ ਬਿਜਲੀ ਵਾਲਿਆਂ ਕੋਲੇ ਵਗ ਜਾਂਦੀ ਆ, ਤੋ ਬਿਜਲੀ ਵਾਲਿਆਂ ਨੂੰ ਕਹਿੰਦੀ ਆ ਵੀ ਜਾ ਕੇ ਵੀ ਭਾਈ ਮੈਂ ਰੋਟੀ ਕਰਨੀ ਆ, ਉਹ ਵੀ ਕਹਿੰਦੇ ਕਹਿੰਦੇ ਮਾਤਾ ਤੂੰ ਗਲਤ ਆ ਗਈ, ਕਹਿੰਦੇ ਕਿਸੇ ਘੋੜੇ ਘੂੜੇ ਵਾਲੇ ਕੋਲੇ ਜਾ, ਉਹ ਤੋਂ ਤੈਨੂੰ ਚੱਲ ਪਿਆ ਨੀ ਮਿਲਣਾ। ਇਹ ਗੱਲ ਭਾਈ ਦੱਸੋ ਵੀ ਸੱਚੀ ਆ ਕਿ ਕਿਵੇਂ ਆ ਘੋੜੇ ਵਾਲੇ? ਤਾਂ ਜੀ ਐ ਹੋ ਜਾਂਦਾ, ਕੋਈ ਵੇਚਣਾ ਹੁੰਦਾ ਮਾੜਾ ਮੋਟਾ 19 ਕਿਉਂ ਟ੍ਰੈਂਡ ਹੋ ਗਿਆ, ਅਗਲਾ ਵੀ ਜੇ ਹੁਣ ਘੋੜੀ ਚੰਗੀ ਉਹਨੂੰ ਨੀ ਦੇਖਦਾ, ਆਖੂ ਵੀ ਕਿਹੜੇ ਘੋੜੇ ਦਾ ਬੱਚਾ ਜੇ ਆ, ਹੁਣ ਉਹ ਫਿਰ ਅਗਲੇ ਦੀ ਮਜਬੂਰੀ ਹੋ ਜਾਂਦੀ ਹੈ ਜੀ, ਮੂਹਰੋਂ ਕਹਿਣਾ ਪੈਂਦਾ ਵੀ ਫਲਾਨੇ ਘੋੜੇ ਦਾ। ਮੰਨ ਲਓ ਅੱਜ ਤੁਸੀਂ ਮੈਨੂੰ ਕਿੰਨੀਆਂ ਘੋੜੀਆਂ ਪੁੱਛੀਆਂ, ਆਪਾਂ ਕਿਸੇ ਦੀ ਕੋਈ ਲੈਣ ਦਾ ਕੋਈ ਲੈਣ ਨਹੀਂ ਦੱਸੀ ਬਾਈ, ਹੁਣ ਇਹਨਾਂ 'ਚ ਮੈਂ ਕਹੀ ਜਾਂਦੇ ਰੌਲੀ ਵਾਲੇ ਦੀ ਆ ਜਾਂ ਬਾਜੀ ਹਨਾ ਸਮੁੰਦਰ ਘੋੜੇ ਦੀਆਂ ਕਹਿ ਦੇਣਾ ਜੀ, ਉੱਥੇ ਬਸ
ਬਚ ਕੇ ਰਹੇ ਬੰਦਾ ਦਾਰੂ ਪੀਤੀ ਗੋਲਡ ਘੋੜਾ ਸੇਲ ਦਾ ਵੀ ਮਨ ਬਣ ਸਕਦਾ ਤੇ ਹਾਈਟ ਬਾਈ 64 ਪਲੱਸ ਠੀਕ ਆ ਤੇ ਮੀਟਿੰਗ ਵਾਸਤੇ ਵੀ ਭਰਾਵਾਂ ਨੂੰ ਖੁੱਲਾ ਸੱਦਾ ਖੁੱਲਾ ਜੀ ਕੋਲ ਮੀਟਿੰਗ ਤਾਂ ਹੋ ਚੱਲੀ ਜਾਊ ਜੀ ਘੋੜਾ ਸੇਲ ਕਰਤਾ ਆਪਾਂ ਥੋੜੇ ਦਿਨਾਂ ਜੀ ਦੂਸਰਾ ਘੋੜਾ ਵੀ ਉਹਦੀ ਲੈ ਆਉਣਾ ਜਰੂਰ ਸ਼ੇਅਰ ਕਰ ਦੋ ਆਪਣੇ ਘੋੜੇ ਘੋੜੀਆਂ ਵਾਲੇ ਭਰਾਵਾਂ ਚ ਕਿਉਂਕਿ ਮੰਟੇ ਬਈ ਮੈਨੂੰ ਲੱਗਦਾ ਤੇਰੀ ਪਹਿਲੀ ਇੰਟਰਵਿਊ ਆ ਮੇਰੀ ਇਹ ਦੂਜੀ ਹੈ ਜੀ ਦੂਜੀ ਆ ਪਹਿਲਾਂ ਫੋਟੋ ਸ਼ੂਟ ਹੀ ਕਰਾਇਆ ਸੀ ਕੱਲਾ ਹਾਂ ਮਨੂ ਸ਼ਰਮੇ ਨੇ ਕਰਾਇਆ ਸੀ ਗ੍ਰਾਂ ਸ਼ੂਟ ਜੀ ਕਿ ਨਾ ਇੱਕ ਵਾਰ ਵਿਚਾਰਾ ਖੁਸ਼ਬੋ ਪੰਜਾਬ ਦੇ ਚੈਨਲ ਉਹ ਆਏ ਸੀ ਉਹ ਕਰਕੇ ਸੀ ਬਸ ਕਈ ਬੰਦਿਆਂ ਨੇ ਫੋਨ ਤਾਂ ਮੈਨੂੰ ਬਹੁਤ ਵਾਰੀ ਕਰਿਆ ਪਰ ਉਦੋਂ ਨਾ ਥੋੜਾ ਜਿਹਾ ਮੰਨ ਲਓ ਸਿਸਟਮ ਜਿਹਾ ਲੋਟ ਨਹੀਂ ਸੀ ਇੱਥੇ ਬੈਠਣ ਉੱਠਣ ਦਾ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।